जी हेलो फ्रेंड्स, गुड मॉर्निंग, सत श्री अकाल, आदाब, नमस्ते, सलाम, किन शो, की हाल है, हाउ आर यू। मम्मी अज बाहर धुप च बैठे से आके तो हम शाम बैठ गए। सवेर का टाइम है जी 9 बजे का, तो मम्मी मोबाइल दे विच मैं लगता बिजी होने, रोटी का पुछन चली मैं इन्हों। हैलो, हाँ जी मम्मी जी, मम्मी की कर दे, की दे दे, की की देखते पे, पता नहीं की देखते मैं। रोटी खानी या नहीं अज तुसी? की लिया मां? भूख लगी। मैं तुहानू पहले भी पुछ के गई सी की खाना, दसो। बॉली खानी अज? बॉली बनाई कल ना, फिर हुण मैं खानी है। की खाना फिर? रोटी लिया मां। इहनू बंद करो मोबाइल नू, पहला प्लीज बंद करो इहनू। हाँ जी हुण दसो की खाना है? रोटी खानी मैं? ਕੀ ਮਤਲਬ ਰੋਟੀ ਤਾਂ ਖਾਣੀ ਆ, ਕਾਹਦੇ ਨਾਲ ਖਾਣੀ? ਕਾਹਦੇ ਨਾਲ? ਕੀ ਹੈਗਾ? ਕਾਲੇ ਚਨੇ ਬਣਾਏ ਆ, ਜੀਰੇ ਵਾਲੇ ਆਲੂ ਆ, ਤੇ ਹੋਰ ਦਹੀਂ ਹੈਗਾ ਨਾਲ। ਤੁਸੀਂ ਦੱਸੋ ਕੀ ਖਾਣਾ? ਮੈਂ ਕਾਲੇ ਚਨੇ ਵੀ ਨਹੀਂ ਮੈਂ ਖਾਣੇ। ਕਿਉਂ? ਮੈਨੂੰ ਨੀਂਦ ਨਹੀਂ ਆਉਂਦੀ ਫਿਰ। ਕਾਲੇ ਚਨੇ ਨਾਲ ਨੀਂਦ ਨਹੀਂ ਆਉਂਦੀ? ਕਿਉਂ? ਕਾਲੇ ਚਨੇ ਤੁਹਾਨੂੰ ਸੌਂ ਨਹੀਂ ਦਿੰਦੇ? ਉਹਨੇ ਮੈਂ ਖਾਣੇ, ਮੈਨੂੰ ਨਾ ਤੂੰ ਇੱਦਾਂ ਕਰ, ਦਹੀਂ ਲਿਆ ਦੇ, ਜਿੰਨਾ ਕਿ ਨਾਲ ਮੱਖਣ ਲਿਆ ਦੇ। ਓ ਮਾਈ ਗੋਡ, ਓ ਮਾਈ ਗੋਡ, ਇੰਨੇ ਵਧੀਆ ਵਧੀਆ ਖਾਣੇ ਮਾਤਾ। ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਨਾ, ਤਾਕਤ ਵਾਲੀ ਚੀਜ਼ ਖਾਣੀ ਨਾ। ਚਨੇ ਬਹੁਤ ਤਾਕਤ ਵਾਲੇ ਹੁੰਦੇ ਆ। ਨਹੀਂ ਮੈਨੂੰ ਤੰਗ ਕਰਦੇ ਆ। ਤੰਗ ਕੀ ਕਰਦੇ? ਕੀ ਤੰਗ ਕਰਦੇ ਤੁਹਾਨੂੰ ਚਨੇ? ਮੈਨੂੰ ਨੀਂਦ ਨਹੀਂ ਆਉਂਦੀ ਤਾਕਤ ਵਾਲੇ ਕਰਕੇ। ਤਾਕਤ ਵਾਲੇ? ਤਾਕਤ ਨਾਲ ਤਾਂ ਲੋਕਾਂ ਨੂੰ ਨੀਂਦ ਆਉਂਦੀ ਤੁਹਾਨੂੰ? ਤਾਕਤ ਤੁਹਾਡੇ 'ਚ ਵੈਸੇ ਬਹੁਤ ਤਾਕਤ ਆ, ਗੱਲਾਂ ਕਿੱਦਾਂ ਲਾਲ ਲਾਲ ਕੱਢੀਆਂ ਤੁਸੀਂ ਦੇਖੋ, ਹੈ ਨਾ। ਚਲੋ ਫਿਰ ਮੈਂ ਲੈ ਕੇ ਆਉਂਦੀ ਤੁਹਾਡੇ ਨਾਲ ਦਹੀਂ ਨਾਲ, ਹੈ ਨਾ, ਦਹੀਂ ਮੱਖਣ ਅਤੇ ਨਾਲ ਸ਼ੱਕਰ। ਨਹੀਂ ਸ਼ੱਕਰ ਨਹੀਂ ਮੈਂ ਲੈਣੀ। ਹਾਂਜੀ ਕੀ ਲੈਣਾ? ਸ਼ੂਗਰ ਚਾਰ ਲੈ ਰਹੀ ਆ। ਸ਼ੂਗਰ ਆ ਅਤੇ ਸ਼ੂਗਰ ਦੇ ਵਿੱਚ ਸ਼ੱਕਰ ਤਾਂ ਖਾਈ ਲੈਂਦੇ ਕਹਿੰਦੇ, ਨੈਚੁਰਲ ਮਿੱਠਾ ਹੁੰਦਾ। ਕੱਲ 270 ਸੀ। ਕਿੰਨੀ ਸੀ ਕੱਲ? 270 ਸੀ ਕੱਲ ਸ਼ੂਗਰ। ਤੁਸੀਂ ਪਰਹੇਜ਼ ਕਿਉਂ ਨਹੀਂ ਕਰਦੇ ਫਿਰ? ਮੈਂ ਖਾਂਦੀ ਥੋੜ੍ਹਾ, ਉੱਦਾਂ ਹੀ ਹੋ ਜਾਂਦੀ, ਸਰੀਰ ਹੀ ਬਣਾਈ ਜਾਂਦਾ। ਸਰੀਰ ਤਾਂ ਤੁਹਾਡਾ ਇੰਨਾ ਸੋਹਣਾ, ਇੰਨੇ ਤੁਸੀਂ ਸੋਹਣੇ ਆ, ਉੱਪਰ ਮੂੰਹ ਕਰੋ ਜਰਾ। ਹਾਂਜੀ ਫਰੈਂਡਸ, ਦੇਖ ਕੇ ਦੱਸਿਓ ਤਾਂ ਮੇਰੀ ਮੰਮੀ ਨੂੰ, ਤੁਹਾਨੂੰ ਲੱਗਦਾ ਵੀ ਸ਼ੂਗਰ ਆ? ਦੇਖੋ ਤਾਂ ਅੱਖਾਂ, ਦੇਖੋ ਮੰਮੀ ਦੀਆਂ। ਲੈ ਕੇ ਆਵਾਂ ਫਿਰ ਰੋਟੀ ਮੈਂ ਤੁਹਾਡੇ ਲਈ, ਹਾਂ ਪਰੌਂਠੀ ਲਿਆ ਮੈਂ ਨਾਲ ਫਿਰ। ਨਹੀਂ ਨਹੀਂ ਮੈਂ ਰੋਟੀ ਖਾਣੀ, ਪਰੌਂਠੀ ਵੀ ਨਹੀਂ ਖਾਣੀ। ਚਲੋ ਠੀਕ ਆ, ਮੈਂ ਲੈ ਕੇ ਆਉਂਦੀ, 2 ਮਿੰਟ ਰੁਕੋ ਫਿਰ। ਹਾਂਜੀ ਫਰੈਂਡਸ, ਲੈ ਕੇ ਚੱਲੀ ਹੁਣ ਮੈਂ ਮੰਮੀ ਵਾਸਤੇ ਰੋਟੀ। ਲਓ ਜੀ ਤੁਸੀਂ ਵੀ ਖਾਓ। ਮੰਮੀ ਸਾਡੀ ਦੇ ਦੇਸੀ ਖਾਣੇ, ਸ਼ੱਕਰ ਨਾ ਖਾਣੀ, ਕਦੀ ਮੱਖਣ ਨਾ ਖਾਣੀ, ਕਦੀ ਦਹੀਂ ਨਾ ਖਾਣੀ, ਲੇਕਿਨ ਹੁਣ ਕਹਿੰਦੇ ਮੱਖਣ ਖਾਣਾ, ਦਹੀਂ ਖਾਣਾ, ਤੋਂ ਸਿੰਪਲ ਰੋਟੀ ਖਾਣੀ ਆ। ਕਦੀ ਕਦੀ ਤਾਂ ਨਾਲ ਅਚਾਰ ਵੀ ਖਾ ਲੈਂਦੇ ਆ, ਲੇਕਿਨ ਹੁਣ ਦੇਖਦੇ ਹਾਂ। ਚਲੋ ਚਲੀਏ ਲੈ ਕੇ, ਦੇਖ ਲਿਆ ਮੰਮੀ ਮੋਬਾਈਲ 'ਚ ਬਿਜ਼ੀ ਹੁੰਦੇ ਆ। ਸੁਣ ਲਈ ਮੇਰੀ ਗੱਲ? ਲਓ ਮੰਮੀ, ਹੈਂਡ ਵਾਸ਼ ਕੀਤੇ ਨਾ ਲਿਆ ਤੁਸੀਂ ਨਾ? ਉੱਪਰ ਠੀਕ ਤਰ੍ਹਾਂ ਹੋ ਕੇ ਬਹਿ ਜਾਓ, ਨਹੀਂ ਤੱਕਦਾ ਬੈਠੂੰਗੇ। ਖੁਸ਼ ਹੋ ਜਾ ਹੁਣ, ਹੈ ਨਾ, ਮੱਖਣ ਦੇਖ ਕੇ। ਘਰ ਦਾ ਮੱਖਣ ਹੈ ਜੀ, ਅਸੀਂ ਕਰੀਮ ਤੋਂ ਬਣਾਇਆ, ਜਿਵੇਂ ਦੁੱਧ ਲੈਂਦੇ ਅਸੀਂ, ਵੈਸੇ ਤਾਂ ਮੁੱਲ ਹੀ ਲੈਂਦੇ ਦੁੱਧ, ਲੇਕਿਨ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਦੁੱਧ ਠੀਕ ਹੀ ਮਿਲ ਜਾਂਦਾ, ਜ਼ਿਆਦਾ ਵਧੀਆ ਨਹੀਂ ਹੁੰਦਾ, ਕਿਉਂਕਿ ਹੁਣ ਤਾਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ, ਅਤੇ ਗਰਮੀਆਂ ਦੇ ਵਿੱਚ ਕਹਿੰਦੇ ਲੋਕ ਮੱਝਾਂ ਮੁੱਝਾਂ ਵਗੈਰਾ ਜਿਹੜੀਆਂ ਨਾ, ਅਤੇ ਥੋੜ੍ਹਾ ਦੁੱਧ ਘੱਟ ਜਾਂਦਾ ਇਹਨਾਂ ਦਾ, ਸਰਦੀਆਂ 'ਚ ਦੁੱਧ ਘਿਓ ਜ਼ਿਆਦਾ ਹੁੰਦਾ ਹੈ। ਅਤੇ ਹੁਣ ਮੰਮੀ ਲੱਗੇ ਖਾਣ ਮੱਖਣ ਦੇ ਨਾਲ ਰੋਟੀ। ਮੱਖਣ ਦਾ ਰੋਟੀ ਬਹੁਤ ਸਵਾਦ ਲੱਗਦੀ ਹੈ, ਖਾਂਦੇ ਰਹੇ ਸਾਰੀ ਉਮਰ। ਅੱਛਾ, ਅਚਾਰ ਨਹੀਂ ਲਿਆਂਦਾ ਤੁਸੀਂ? ਮੈਨੂੰ ਬੋਲਿਆ ਨਹੀਂ ਅਚਾਰ ਲਿਆਂਦਾ। ਕਿਹੜਾ ਲੈ ਗਿਆ? ਅੰਬ ਦਾ, ਨਿੰਬੂ ਦਾ, ਗਾਜਰ, ਗੋਭੀ, ਸ਼ਲਗਮ, ਆਂਵਲਾ? ਅੰਬ ਦਾ ਲਿਆ। ਓਕੇ, ਅੰਬ ਦਾ ਚਾਰ ਲੈ ਕੇ ਆਉਂਦੀ ਹੁਣ ਮੈਂ ਮੰਮੀ ਲਈ, ਅੰਬ ਦਾ ਚਾਰ ਲੈ ਕੇ ਆਉਂਦੀ ਹਾਂ ਜੀ, ਅਤੇ ਮੰਮੀ ਸੈੱਟ ਹੋ ਕੇ ਬੈਠਦੇ ਤਦ ਤੱਕ। ਐਂ ਲਓ ਜੀ, ਮੰਮੀ ਲਈ ਚਾਰ ਲੈ ਕੇ ਆ ਗਈ। ਹਾਂਜੀ ਲਓ ਚਾਰ, ਅੰਬ ਦਾ ਹੀ ਲਿਆਉਂਦੀ ਮੈਂ। ਇੱਕ ਪੀਸ ਲੈ ਲਓ ਨਾ ਤੁਸੀਂ, ਬਾਕੀ ਰਹਿਣ ਦਾ ਵਿੱਚ, ਬਾਕੀ ਹੋਰ ਕਿਸੇ ਨੇ ਰੋਟੀ ਖਾਣੀ ਉਹ ਖਾ ਲਊਗਾ। ਵੈਸੇ ਮਜ਼ਾ ਬੜਾ ਆਉਂਦਾ ਮੱਖਣ ਦਾ ਅਤੇ ਅਚਾਰ ਨਾਲ ਰੋਟੀ ਖਾਣ ਦਾ। ਬਚਪਨ 'ਚ ਅਸੀਂ ਖਾਂਦੇ ਹੁੰਦੇ ਸੀ ਅਚਾਰ ਅਤੇ ਰੋਟੀ ਮੱਖਣ ਨੂੰ ਲਗਾ ਕੇ, ਨਾ ਇੱਦਾਂ ਰੋਲ ਜਿਹਾ ਬਣਾ ਕੇ ਮੰਮੀ ਦੇ ਦਿੰਦੇ ਸੀ ਸਾਨੂੰ, ਚੂਰੀ ਬਣਾ ਕੇ ਦੇਣੀ। ਹਾਂਜੀ ਤੁਸੀਂ ਇਕੱਲਿਆਂ ਨੇ ਖਾ ਲੈਣੀ, ਮੇਰੇ ਸਾਰੇ ਜਿਹੜੇ ਚਾਹੁਣ ਵਾਲੇ, ਤੁਹਾਡੇ ਚਾਹੁਣ ਵਾਲੇ ਆ, ਉਹਨਾਂ ਨੂੰ ਵੀ ਖਿਲਾ ਦਿਓ। ਪਤਾ ਅਚਾਰ ਖਾਂਦੇ ਕਿਉਂ ਨਹੀਂ ਖਾਂਦੇ? ਅਚਾਰ ਤਾਂ ਸਾਰੇ ਖਾਂਦੇ, ਅਚਾਰ ਸਾਰਿਆਂ ਦਾ ਫੇਵਰੇਟ ਹੁੰਦਾ ਆ, ਔਰ ਹੁਣ ਤਾਂ ਗਰਮੀਆਂ 'ਚ ਸਾਰਿਆਂ ਨੇ ਨਵੇਂ ਅਚਾਰ ਪਾਉਣੇ ਆ। ਖਾ ਲਓ ਫਿਰ, ਖਿਲਾਓ ਹੁਣ ਮੇਰੇ ਸਾਰੇ ਫਰੈਂਡਸ ਨੂੰ, ਮੇਰੇ ਵੀਵਰਸ ਨੂੰ, ਮੇਰੇ ਸਬਸਕ੍ਰਾਈਬ, ਖਿਲਾਓ ਹੁਣ ਸਾਰਿਆਂ ਨੂੰ। ਸਾਰੇ ਖਾਓ, ਮੱਖਣ ਦੇ ਨਾਲ, ਅਚਾਰ ਦੇ ਨਾਲ, ਦਹੀਂ ਦੇ ਨਾਲ ਖਾਓ, ਬਹੁਤ ਸਵਾਦ ਲੱਗਦੀ ਰੋਟੀ, ਸਾਰੇ ਜਣੇ ਖਾਓ। ਅਤੇ ਤੁਸੀਂ ਤਾਂ ਖਾਂਦੇ ਆ, ਮੈਨੂੰ ਪਤਾ ਹੀ, ਬਹੁਤ ਸਵਾਦ ਲੱਗਦੀ। ਸਾਡੀ ਮੰਮੀ ਨੂੰ ਦੇਸੀ ਖਾਣੇ ਪਸੰਦ ਆ ਸੱਚੀ ਨਾ ਜੀ, ਸਬਜ਼ੀਆਂ ਸੁਬਜ਼ੀਆਂ ਤੋਂ ਮੰਮੀ ਸਾਡੇ ਨਾ
अवॉइड ही करते हैं, मतलब इन्हों इदा चाहिए जिदा देसी चीज़ा तो सब्जियां भी घर दी ज़्यादा खाने पसंद करते, मूली की सब्जी खाते नहीं। असं वैसे पिछे काफ़ी गार्डन के सब्जियां लाइया हूँ, तो मैं तुहानू किस दिन गार्डन की भी सैर करावगी, दसागी की लाया। सर्दियों में असं साग सूग बथेरा लाया सी। मम्मी साग तुहानू बहुत पसंद है ना? बहुत किदा? बहुत बहुत कि गर्मियों कड़ा तुम नहीं बनाते? तोड़ ली अज बना ली है, लेकिन मम्मी टेस्ट हूँ थोड़ा चेंज नहीं हो गया साग का? बंद गोभी पालक तो थोड़ा साग, लेकिन जो सर्दियों साग खाने का मजा आता, गर्मियों नहीं आता है ना? गर्मियों थोड़ा ही खा होना, माड़ा जहा खा होना। तो सर्दियों तो कोले को भर भर के खाते सारे, दो बारी साग थोड़ा खा होता। हाँ सच्ची इन्ना वधिया नहीं लगता ना, जो टेस्ट नहीं आता सर्दियों वाला। चलो फ्रेंड्स, मम्मी तो खाते रोटी, तो तुम भी खा लो। तो मम्मी चलो सारे एक बार सत श्रीकाल कर दो। चलो खा लो फिर, तुम जो कहना कह दो अपने चाहने वाले। सारे सत्या जिते भी है, राजी खुशी रहो, वाहेगुरु तरक्कियां बख्शे, खुश रहो। चलो जी, मम्मी ने तुम सारे आशीर्वाद दिता है, तो हूँ मैं वीडियो का एंड इतें करती हूँ। मम्मी कर दें इंजॉय रोटी का, मक्खन के नाल, अचार के नाल, दही के नाल। चलो जी फिर मिलते हैं अगली वीडियो। दही नहीं खाना तुम? ओके, मम्मी कहते दही नहीं खाना। चलो जी फिर मैं हूँ चलती हाँ अंदर, मैं भी रोटी खा लवा, मिलते हैं अपनी अगली वीडियो। तद तक मेरे वालों तुम सारे सत श्री अकाल जी।